हेलो एवरीवन, आज मैं थोड़े नाल शेयर करूंगी जामन दा जूस। ये जूस बहुत हेल्दी हुंदा है और बहुत छेती बन के रेडी हो जाता है। तुसीं गर्मियां विच इसनूं 10 मिनट विच रेडी कर सकदे हो। जामन जूस बनाउण लई मैं अद्धा किलो जामना लईआं ने। हुण मैं इन्हां नूं अच्छी तरह धो लिया, धो के एक प्लेट विच रख लिया। हुण इन्हां दे बीज मैं अलग कर देणे ने। ਤੁਸੀਂ ਦੇਖੋ ਐਵੇਂ ਨਾ ਜਮਣਾ ਦੇ ਬੀਜ ਮੈਂ ਅਲੱਗ ਕਰ ਲੈਣੇ ਨੇ, ਜਮਣਾ ਅਲੱਗ ਕਰ ਲੈਣੇ ਨੇ, ਵਿੱਚੋਂ ਬੀਜ ਇਹਨਾਂ ਦੇ ਅਲੱਗ ਕਰ ਦੇਣੇ ਨੇ। ਸਾਰਾ ਗੁੱਦਾ ਗੁੱਦਾ ਮੈਂ ਅਲੱਗ ਕਰ ਲੈਣਾ। ਜਾਮਣ ਦਾ ਜੂਸ ਬਹੁਤ ਹੈਲਦੀ ਹੁੰਦਾ, ਇਹ ਸ਼ੂਗਰ ਪੇਸ਼ੈਂਟਸ ਲਈ ਵੀ ਬਹੁਤ ਅੱਛਾ ਹੁੰਦਾ, ਉਹਨਾਂ ਦਾ ਬਲੱਡ ਸ਼ੂਗਰ ਲੈਵਲ ਨੂੰ ਲੋਅ ਕਰਦਾ। ਐਵੇਂ ਮੈਂ ਸਾਰੀਆਂ ਜਾਮਣਾਂ ਦੇ ਬੀਜ ਅਲੱਗ ਕਰ ਲੈਣਾ ਹੈ। ਅੱਜ ਤੁਸੀਂ ਦੇਖੋ ਜਾਮਣਾਂ ਮੈਂ ਬੀਜਾਂ ਤੋਂ ਅਲੱਗ ਕਰ ਲਈਆਂ, ਇਸ ਦੇ ਬੀਜ ਮੈਂ ਕੱਢ ਕੇ ਸੁੱਟਤੇ। ਜਾਮਣਾਂ ਨੂੰ ਐਵੇਂ ਰੈਡੀ ਕਰ ਲੈਣਾ ਜੂਸ ਬਣਾਉਣ ਲਈ। ਇੱਕ ਜਾਰ ਵਿੱਚ ਮੈਂ ਜਾਮਣਾਂ ਪਾਉਂਗੀ ਜੂਸ ਰੈਡੀ ਕਰਨ ਲਈ। 4 ਚਮਚ ਮੈਂ ਚੀਨੀ ਐਡ ਕਰੂੰਗੀ, ਤੁਸੀਂ ਆਪਣੇ ਟੇਸਟ ਅਕੋਰਡਿੰਗ ਘੱਟ ਵੱਧ ਐਡ ਕਰ ਸਕਦੇ ਹੋ। 1/2 ਚਮਚ ਮੈਂ ਕਾਲਾ ਨਮਕ ਐਡ ਕਰੂੰਗੀ, 1 ਚਮਚ ਨਿੰਬੂ ਦਾ ਰਸ ਐਡ ਕਰੂੰਗੀ। ਨਿੰਬੂ ਦਾ ਰਸ ਐਡ ਕਰਨ ਨਾਲ ਇਸਦਾ ਟੇਸਟ ਥੋੜ੍ਹਾ ਟੈਂਗੀ ਹੋ ਜਾਂਦਾ, ਤੁਸੀਂ ਸਕਿੱਪ ਵੀ ਕਰ ਸਕਦੇ ਹੋ। ਪੁਦੀਨੇ ਦੇ ਪੱਤੇ ਐਡ ਕਰੂੰਗੀ। ਇਸ ਵਿੱਚ ਪਾਣੀ ਐਡ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਐਵੇਂ ਗ੍ਰਾਇੰਡ ਕਰ ਲੈਣਾ। ਤੁਸੀਂ ਦੇਖੋ ਜਾਮਣਾਂ ਦਾ ਜੂਸ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ। ਤੁਸੀਂ ਹੁਣ ਇਸ ਵਿੱਚ ਆਈਸ ਕਿਊਬ ਵੀ ਐਡ ਕਰ ਸਕਦੇ ਹੋ, ਠੰਡਾ ਪਾਣੀ ਵੀ ਐਡ ਕਰ ਸਕਦੇ ਹੋ। ਹੁਣ ਮੈਂ ਤੁਹਾਨੂੰ ਸਰਵ ਕਰਕੇ ਦਿਖਾਉਂਦੀ ਹਾਂ। ਗਲਾਸਾਂ ਵਿੱਚ ਮੈਂ ਜਾਮਣ ਜੂਸ ਐਡ ਕਰ ਲੈਣਾ। ਤੁਸੀਂ ਦੇਖੋ ਇਹ ਜਾਮਣ ਦਾ ਜੂਸ ਬਹੁਤ ਗਾੜਾ ਹੈ, ਮੈਂ ਥੋੜ੍ਹਾ ਜਿਹਾ ਇਸ ਵਿੱਚ ਠੰਡਾ ਪਾਣੀ ਐਡ ਕਰੂੰਗੀ, ਥੋੜ੍ਹਾ ਜਿਹਾ ਠੰਡਾ ਪਾਣੀ ਐਡ ਕਰ ਦੂੰਗੀ, ਥੋੜ੍ਹੇ ਜਿਹੇ ਆਈਸ ਕਿਊਬਸ ਐਡ ਕਰ ਦੂੰਗੀ। ਬਹੁਤ ਹੈਲਦੀ ਜੂਸ ਬਣ ਕੇ ਰੈਡੀ ਹੋਇਆ। ਆਈਸ ਕਿਊਬ ਐਡ ਕਰ ਦੇਣੇ ਨੇ। ਸਾਈਡ 'ਤੇ ਥੋੜ੍ਹਾ ਨਿੰਬੂ ਨਾਲ ਡੈਕੋਰੇਟ ਕਰ ਦੂੰਗੀ, ਮੈਂ ਥੋੜ੍ਹੀ ਰੈਸਟੋਰੈਂਟ ਵਰਗੀ ਲੁੱਕ ਆ ਜਾਏਗੀ। ਪੁਦੀਨੇ ਦੇ ਪੱਤੇ ਰੱਖੂੰਗੀ, ਥੋੜ੍ਹਾ ਜਿਹਾ ਜੀਰਾ ਪਾਊਡਰ ਸਪ੍ਰਿੰਕਲ ਕਰ ਦੂੰਗੀ ਉੱਪਰ। ਫਰੈਂਡਸ, ਤੁਸੀਂ ਇਹ ਜੂਸ ਰੈਡੀ ਕਰਿਓ, ਪੀਓ ਅਤੇ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ। ਅੱਛਾ ਲੱਗਿਆ ਤਾਂ ਫੈਮਿਲੀ ਫਰੈਂਡਸ ਵਿੱਚ ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।